मैं थोड़ा अपना जानकार से तुसी देख सकते हो ABC पंजाब इटली तो, क्योंकि अज इत्थे जेजर रिजॉर्ट वाले ने एक तियां का प्रोग्राम कराया, जो कि एक साडा पंजाबी सभ्याचारक मेला, जो कि साडियां भैणां साडियां मठियारां इस मेले नूं आनंद माणदियां ने। अज साडे विच साडियां कुछ भैणां ने जिहड़ियां कि इत्थे इस मेले नूं एकत्र होईयां ने, जिन्हां ने गिद्धा भंगड़ा पाया सारा। आपां उन्हां नाल गल करदे हां। साडे नाल ने राज जी। राज जी, की कहना चाहुंदे जी तुसी, जिकर अज तियां दा मेला इत्थे मनाया जा रिहा इटली दे विच, इहदे बारे तुसी की कहना चाहुंदे हो? देखो जी, जदों सौन महीना शुरू हो जाता, हर एक तरीज दे, हर एक धी दे मन चित दे विच इक मंग आ जाती है अपने पेके घर जाण दी। सो इत्थे परदेस दे विच रहिंदे होए साडे पेके सहुरे तकरीबन एक साल हो चुके आ। सो तियां दा त्यौहार आ, सारियां मेरियां भैणां जिहड़ियां असीं अज इकट्ठियां होईआं जे जे रिसोर्ट बनोलो मेला। सो इत्थे तुसीं देख सकदे आ कि सारियां भैणां रंग बिरंगियां पोशाकां पाईआं, ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਛ ਪਲ ਕੱਢ ਕੇ ਇੱਥੇ ਆਈਆਂ, ਰੌਣਕ ਮੇਲਾ ਲਾਉਣ ਆਈਆਂ। ਕੁਛ ਅੱਜ ਤੁਸੀਂ ਦੇਖਿਆ ਵੀ ਹੋਣਾ ਆ ਕਿ ਇੰਝ ਦਾ ਇੱਕ ਨਵਾਂ ਨਵੇਕਲਾ ਕੰਮ ਹੋਇਆ, ਜੋ ਕਿ ਸਾਡੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਸੀ ਉਹ ਫਿਰ ਦੁਬਾਰਾ ਤਾਜ਼ਾ ਕਰ ਦਈਆਂ। ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਖਾਸ ਕਰਕੇ ਸਾਡੇ JJ ਰਿਜ਼ੋਰਟ ਵਾਲੇ ਜਿਹੜੇ ਟੀਮ ਮੈਂਬਰਸ ਹੈਗੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸ਼ੁਰੂਆਤ ਕੀਤੀ। ਅਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੁੰਦੀ ਹੈ, ਸਪੋਂਸਰ ਜਦੋਂ ਇਕੱਠੇ ਹੋ ਜਾਂਦੇ ਨੇ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਵਾਸਤੇ, ਤਾਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਤਿਨਕਾ ਤਿਨਕਾ ਕਰਕੇ ਹੀ ਇਸ ਤਰ੍ਹਾਂ ਹੀ ਜਦੋਂ ਧੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਕਿੰਨਾ ਇੰਜੋਏ ਕਰਦੀਆਂ। ਅਤੇ ਸਭ ਤੋਂ ਜਿਹੜਾ ਮੇਨ ਜਿਹੜਾ ਅਹੁਦਾ ਹੈ ਸਾਰਾ ਇਹਨਾਂ 'ਤੇ ਜਾਂਦਾ ਹੈ, ਜਿਹੜੇ ਸਪੋਂਸਰਸ ਦੇ ਆਉਂਦੇ ਨੇ ਨਾਲ, ਅਤੇ ਜਿਹੜੇ ਸਾਡੇ ਆਪਣੇ ਵਾਕਫ਼। ਸਹੀ ਗੱਲ ਹੈ ਕਿ ਜੇ ਇਹਨਾਂ ਨੇ ਸਹਿਯੋਗ ਦਿੱਤਾ ਆ, ਅਸੀਂ ਸਾਰੇ ਇਕੱਠੇ ਹੋਏ ਆ, ਫਿਰ ਇਸੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ। ਸੋ ਕਹਿਣ ਦਾ ਮਤਲਬ ਇਹ ਆ, ਜਦੋਂ ਕੋਈ ਕਾਰਜ ਸ਼ੁਰੂ ਕੀਤਾ ਜਾਂਦਾ ਆ, ਉਹ ਸਿਰੇ ਉਦੋਂ ਹੀ ਚੜ੍ਹਦਾ ਜਦੋਂ ਅਸੀਂ ਸਾਰੇ ਰਲ ਮਿਲ ਕੇ ਪੰਜਾਬੀ ਪੰਜਾਬੀਅਤ ਨੂੰ ਸਾਂਭਣਾ ਰੱਖਣਾ ਕਰਨਾ ਕਰਦੇ ਹਾਂ। ਉਹ ਉਦੋਂ ਹੀ ਹੁੰਦਾ ਜਦੋਂ ਅਸੀਂ ਇੱਕ ਦੂਜੇ ਦਾ ਸਾਥ ਦਈਏ। ਸੋ ਜਿਨ੍ਹਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਿਰੇ ਚਾੜਨ ਦੇ ਲਈ ਸਾਡਾ ਸਹਿਯੋਗ ਦਿੱਤਾ ਆ, ਪਰਮਾਤਮਾ ਉਹਨਾਂ ਦੇ ਕੰਮ ਕੀਤੇ ਨੂੰ ਸਿਰੇ ਲਾਵੇ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ। ਅਤੇ ਨਾਲੋਂ ਨਾਲ ਮੈਂ ਥੈਂਕ ਯੂ ਧੰਨਵਾਦ ਕਰਦੀ ਜਾਂਦੀ ਹਾਂ ਜੀ ABC ਨਿਊਜ਼ ਵਾਲਿਆਂ ਦਾ, ਜੋ ਕਿ ਸਮੇਂ ਸਿਰ ਪਹੁੰਚ ਕੇ ਇਸ ਸਾਰੇ ਪ੍ਰੋਗਰਾਮ ਨੂੰ ਨਜ਼ਰਬੰਦ ਕਰਦੇ ਆ ਅਤੇ ਕੀਤਾ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਧੰਨਵਾਦ JJ ਰਿਸੋਰਟ ਵਾਲਿਆਂ ਨੂੰ ਤਾਂ ਜਾਂਦਾ ਹੀ ਜਾਂਦਾ ਆ, ਪਰ ਇਸ ਦੀ ਨੀਂਹ ਜਦੋਂ ਰੱਖੀ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ, ਉਹ ਜਿਹੜਾ ਕ੍ਰੈਡਿਟ ਆ ਉਹ ਮੈਂ ਮਾਲਰਾ ਹਾਈ ਕੁਆਲਿਟੀ ਉਹਨਾਂ ਨੂੰ ਦੇਣਾ ਚਾਹੂੰਗੀ, ਕਿਉਂਕਿ ਇਹਨਾਂ ਨੇ ਇਸ ਦੇ ਬਾਰੇ ਜ਼ਿਕਰ ਕੀਤਾ। ਸੋ ਜ਼ਿਕਰ ਕਰਦੇ ਹੋਏ ਇੱਕ ਇੱਕ ਕਰਦੇ ਸਾਰੇ ਰਲਦੇ ਗਏ, ਅਤੇ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇੱਕ ਖੁਸ਼ਹਾਲ ਪ੍ਰੋਗਰਾਮ ਬਣ ਗਿਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਾਰੀਆਂ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਹਾਂ ਤੁਹਾਡੀ ਸਪੋਰਟ ਦੇ ਨਾਲ। ਅੱਜ ਮੈਂ ਆਪਣੀ ਲਾਈਫ 'ਚ ਪਹਿਲੀ ਵਾਰ ਇੰਨਾ ਵੱਡਾ ਇਵੈਂਟ ਕੀਤਾ। ਸਾਰਿਆਂ ਤੋਂ ਵੱਡਾ ਥੈਂਕਸ ਦੇ ਭਾਜੀ ਦਾ, ਜਿੰਮੀ ਭਾਜੀ ਦਾ, JJ ਰਿਸੋਰਟ ਦਾ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਅਤੇ ਸਾਰੀਆਂ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਥੈਂਕ ਯੂ। ਅਤੇ ਆਪਣਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਅਤੇ ਅੱਗੇ ਵਾਸਤੇ ਵੀ ਉਮੀਦ ਕਰੂੰਗੀ ਕਿ ਸਾਰੇ ਇੱਦਾਂ ਹੀ ਨਾਲ ਰਲਣਗੇ। ਥੈਂਕ ਯੂ।